ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ GDS Education ਦੇ ਵਿੱਚ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਨੂੰ ਲਾਰੰਗ ਦਾ ਸਬਸਕ੍ਰਾਈਬਰ ਬਟਨ ਦਬਕੇ ਸਬਸਕ੍ਰਾਈਬ ਕਰੋ ਅਤੇ ਉਸਦੇ ਨਾਲ ਹੀ ਜੋ ਘੰਟੀ ਵਾਲਾ ਬਟਨ ਹੈ ਉਸਦੇ ਉੱਪਰ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਤੇ ਕਰੋ ਆਨ ਤਾਂ ਜੋ ਤੁਹਾਨੂੰ ਇਸ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਾਰਿਆਂ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੀਐਸਪੀਸੀਐਲ ਵੱਲੋਂ ਪਿਛਲੇ ਦਿਨੀ ਏਲਮ ਦਾ ਜੋ ਰਿਜ਼ਲਟ ਅਨਾਉਂਸ ਹੋਇਆ ਸੀਗਾ ਉਹਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੈਰਿਟ ਲਿਸਟ ਜਾਰੀ ਕਰੀ ਸੀ ਜਿਸ ਦੇ ਵਿੱਚ ਜਿਹੜੇ ਕੈਂਡੀਡੇਟ ਕੁਆਲੀਫਾਈ ਕੀਤੇ ਸੀ ਉਹਨਾਂ ਨੂੰ ਪੀਐਸਪੀਸੀਐਲ ਵੱਲੋਂ ਡਾਕੂਮੈਂਟ ਵੈਰੀਫਿਕੇਸ਼ਨ ਵਾਸਤੇ ਬੁਲਾਇਆ ਗਿਆ ਹੈ ਮਤਲਬ ਕਿ ਉਹਨਾਂ ਦੇ ਪਹਿਲਾਂ ਜੋ ਡਾਕ ਆਪਣੇ ਸਰਟੀਫਿਕੇਟ ਨੇ ਉਹ ਚੈੱਕ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਜਿਨ੍ਹਾਂ ਦੇ ਡਾਕੂਮੈਂਟ ਬਿਲਕੁਲ ਸਹੀ ਪਾਏ ਜਾਣਗੇ ਮਤਲਬ ਸਰਟੀਫਿਕੇਟ ਬਿਲਕੁਲ ਸਹੀ ਪਾਏ ਜਾਣਗੇ ਉਹਨਾਂ ਨੂੰ ਫਿਰ ਜੁਆਇਨਿੰਗ ਲੈਟਰ ਉਸ ਤੋਂ ਬਾਅਦ ਦਿੱਤਾ ਜਾਵੇਗਾ ਸੋ ਸਾਰੇ ਹੀ ਉਮੀਦਵਾਰਾਂ ਨੂੰ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਜਿਹੜੀ ਵੀ ਗੱਲ ਵੀਡੀਓ ਦੇ ਵਿੱਚ ਦੱਸੀ ਜਾਂਦੀ ਹੈ ਉਹ ਤੁਹਾਡੇ ਤੱਕ ਸਹੀ ਉਹਦੀ ਜੋ ਜਾਣਕਾਰੀ ਹੈ ਉਹ ਪਹੁੰਚ ਸਕੇ ਜ਼ਿਆਦਾਤਰ ਕੀ ਕੀ ਹੁੰਦਾ ਕਿ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਜਾਂਦਾ ਤਾਂ ਬਾਅਦ ਦੇ ਵਿੱਚ ਜਿਹੜੀ ਚੀਜ਼ ਦੀ ਬਾਰੇ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਹੈ ਬਾਅਦ ਦੇ ਵਿੱਚ ਉਸੇ ਗੱਲ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕੀਤੇ ਜਾਂਦੇ ਹਨ ਤੇ ਤਕਰੀਬਨ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀ ਕਮੈਂਟ ਕਿਸੇ ਪਿਛਲੀ ਵੀਡੀਓ ਦੇ ਉੱਪਰ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਜੋ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਕਿਸੇ ਦਾ ਵੀ ਜੋ ਕੋਈ ਡਾਊਟ ਹੈ ਉਹ ਕਲੀਅਰ ਹੋ ਜਾਵੇ ਤੇ ਇਸ ਦੇ ਇਸੇ ਵੀਡੀਓ ਦੇ ਵਿੱਚ ਜਿਹੜੇ ਹੁਣ ਆਪਣੀ ਪਿਛਲੀਆਂ ਦੋ ਵੀਡੀਓ ਦੇ ਵਿੱਚ ਉੱਪਰ ਕਮੈਂਟ ਆਏ ਸੀਗੇ ਤੇ ਉਹਦੇ ਵਿੱਚ ਫਿਰ ਵੀ ਬਹੁਤ ਸਾਰੇ ਅਜਿਹੇ ਜੋ ਸਵਾਲ ਆ ਰਹੇ ਸੀਗੇ ਤਾਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੁਹਾਡੇ ਜਿੰਨੇ ਵੀ ਜੋ ਕਮੈਂਟ ਆਏ ਸੀ ਉਹ ਇਸ ਵੀਡੀਓ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਫਿਰ ਵੀ ਕਿਸੇ ਦਾ ਕੋਈ ਸਵਾਲ ਰਹਿ ਜਾਂਦਾ ਹੈ ਤਾਂ ਉਹ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ ਜੇਕਰ ਕਿਸੇ ਸਾਥੀ ਨੂੰ ਵੀ ਉਸ ਕਮੈਂਟ ਉਹ ਜੋ ਕਮੈਂਟ ਦੇ ਵਿੱਚ ਪੁੱਛਿਆ ਜਾਂਦਾ ਉਸ ਬਾਰੇ ਪਤਾ ਹੁੰਦਾ ਹੈ ਤਾਂ ਉਹ ਵੀ ਉਸ ਦਾ ਜਵਾਬ ਦੇਣ ਦੀ ਜਰੂਰ ਕੋਸ਼ਿਸ਼ ਕਰਿਆ ਕਰੋ ਤਾ ਜੋ ਕਿਸੇ ਦੀ ਮਦਦ ਹੋ ਸਕੇ ਸੋ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੂੰ ਵੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਨੇ ਉਮੀਦ ਕਰਦੇ ਹਾਂ ਕਿ ਉਹ ਸਾਰੇ ਹੀ ਸਿਲੈਕਟ ਹੋਣ ਤੇ ਉਹਨਾਂ ਦੇ ਜੋ ਡਾਕੂਮੈਂਟ ਨੇ ਉਹ ਸਹੀ ਹੋਣ ਸੋ ਉਹ ਜਿਹੜੇ ਤੁਹਾਡੇ ਡਾਕੂਮੈਂਟ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਜੋ ਤੁਹਾਡੇ ਕਮੈਂਟ ਆਏ ਸੀ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੋ ਇੱਕ ਕਮੈਂਟ ਆਏ ਸੀਗੇ ਕਿ ਜਿਹੜੇ ਸਰਟੀਫਿਕੇਟ ਦੀ ਅਸੀਂ ਫੋਟੋਕਾਪੀਆਂ ਲੈ ਕੇ ਜਾਣੀਆਂ ਨੇ ਉਹ ਅਟੈਸਟਡ ਕਰਾਉਣੇ ਨੇ ਜਾਂ ਨਹੀਂ ਕਰਾਉਣੇ ਦੇਖੋ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਤੁਸੀਂ ਤਕਰੀਬਨ 3 ਜਾਂ 4 ਜੋ ਆਪਣੇ ਸੈੱਟ ਨੇ ਫੋਟੋਕਾਪੀਆਂ ਦੇ ਸਰਟੀਫਿਕੇਟਾਂ ਦੀ ਉਹ ਤਿਆਰ ਕਰਵਾ ਲਓ ਉਹਦੇ ਵਿੱਚੋਂ ਤੁਸੀਂ ਜੋ ਦੋ ਨੇ ਦੋ ਸਰਟੀਫਿਕੇਟਾਂ ਦੇ ਤੁਹਾਡੇ ਸੈੱਟ ਨੇ ਮੰਨ ਲਓ ਕਿ ਟੋਟਲ ਤੁਹਾਡੇ ਕੋਲ 8 ਸਰਟੀਫਿਕੇਟ ਨੇ ਸਾਰੀ ਜੋ ਤੁਸੀਂ ਪੜ੍ਹਾਈ ਕੀਤੀ ਹੈ 10ਵੀਂ 12ਵੀਂ ਆਈਟੀਆਈ ਜੋ ਜਿੰਨੀ ਵੀ ਤੁਸੀਂ ਪੜ੍ਹਾਈ ਕੀਤੀ ਹੈ ਉਹਨਾਂ ਦੀ ਹਰੇਕ ਦੀ ਇੱਕ ਇੱਕ ਫੋਟੋਕਾਪੀ ਮਲਾ ਕੇ ਮਤਲਬ ਟੋਟਲ 8 8 ਹੋ ਗਈਆਂ ਅਠਾਂ ਦਾ ਇੱਕ ਸੈੱਟ ਬਣ ਜਾਊਗਾ ਮਤਲਬ ਜੋੜ ਕੇ ਉਹਨਾਂ ਨੂੰ ਅਠਾਂ ਨੂੰ ਸੈੱਟ ਬਣਗੇ ਇੱਕ ਫੋਟੋਕਾਪੀ ਦਾ ਇਸੇ ਤਰ੍ਹਾਂ ਤਿੰਨ ਜਾਂ ਚਾਰ ਕਰ ਲਵੋ ਉਹਦੇ ਨਾਲ ਹੋਵੇਗਾ ਕਿ ਜਿਹੜੀਆਂ ਦੋ ਤੁਸੀਂ ਕਰਾਉਣੀਆਂ ਨੇਗੀਆਂ ਤੁਸੀਂ ਉਹਨਾਂ ਦੇ ਵਿੱਚੋਂ ਦੋ ਜੋ ਤੁਹਾਡੇ ਸੈੱਟ ਨੇਗੇ ਫੋਟੋਕਾਪੀਆਂ ਦੇ ਉਹ ਕਿਸੇ ਗਸ਼ਟਡ ਅਫਸਰ ਗਸ਼ਟਡ ਅਧਿਕਾਰੀ ਕੋਲੋਂ ਅਟੈਸਟਡ ਕਰਵਾ ਲਓ ਜਿਵੇਂ ਕਿ ਆਪਣੇ ਸਕੂਲ ਦੇ ਵਿੱਚ ਪ੍ਰਿੰਸੀਪਲ ਹੁੰਦੇ ਨੇ ਜਾਂ ਹੈਡਮਾਸਟਰ ਹੁੰਦੇ ਨੇ ਜਾਂ ਆਪਣੇ ਡਾਕਟਰ ਹੁੰਦੇ ਨੇ ਹੋਰ ਵੀ ਜੋ ਆਪਣੇ ਜੋ ਮੈਕਮੇ ਨੇ ਕਈ ਉਹਨਾਂ ਦੇ ਵਿੱਚ ਜੋ ਜਿਵੇਂ ਕਿ ਪੀਐਸਪੀਸੀਐਲ ਦੇ ਵਿੱਚ ਆਪਣੇ ਜੋ ਐਸਡੀਓ ਹੁੰਦੇ ਨੇਗੇ ਉਹ ਵੀ ਗੈਸਟਡ ਅਫਸਰ ਹੁੰਦੇ ਨੇ ਤੁਸੀਂ ਉਹਨਾਂ ਤੋਂ ਵੀ ਕਰਵਾ ਸਕਦੇ ਹੋਗੇ ਸੋ ਉਹ ਤੁਸੀਂ ਉਹਨਾਂ ਤੋਂ ਅਟੈਸਟਡ ਕਰਵਾ ਕੇ ਆਪਣੀਆਂ ਜੋ ਆਪਣੇ ਕੋਲ ਰੱਖ ਲਵੋ ਜੇਕਰ ਤੁਹਾਡੇ ਤੋਂ ਉਸੇ ਸਮੇਂ ਦੇ ਉੱਪਰ ਅਟੈਸਟਡ ਕਾਪੀਆਂ ਮੰਗੀਆਂ ਜਾਂਦੀਆਂ ਤਾਂ ਅਟੈਸਟਡ ਕਾਪੀਆਂ ਦੇ ਦਿਓ ਜੇ ਤੁਹਾਡੇ ਤੋਂ 셀ਫ ਅਟੈਸਟਡ ਮੰਗੀਆਂ ਜਾਂਦੀਆਂ ਨੇ ਤਾਂ ਤੁਸੀਂ ਉਹ ਜੋ ਦੂਸਰੀ ਆਉਣਗੀਆਂ ਉਹ ਦੇ ਸਕਦੇ ਹੋ ਸੋ ਅਟੈਸਟਡ ਤੁਸੀਂ ਜਰੂਰ ਕਰਵਾ ਲਿਓ ਅਟੈਸਟਡ ਜਿਹੜੀਆਂ ਕਰਵਾਉਣੀਆਂ ਨੇ ਉਹ ਜੋ ਸਰਕਾਰੀ ਅਧਿਕਾਰੀ ਨੇ ਗਵਰਨਰ ਅਫਸਰ ਉਹਨਾਂ ਕੋਲੋਂ ਹੀ ਕਰਵਾਉਣੀਆਂ ਨੇਗੀਆਂ ਉਹਨਾਂ ਦਾ ਜੋ ਉਹਤੇ ਪੂਰਾ ਨਾਮ ਸਟੈਂਪ ਵੀ ਨਾਲ ਲੱਗੀ ਹੋਣੀ ਚਾਹੀਦੀ ਹੈ ਸਰਟੀਫਿਕੇਟ ਦੇ ਉੱਪਰ ਸੋ ਇਹ ਗੱਲਾਂ ਦਾ ਜਰੂਰ ਧਿਆਨ ਰੱਖਣਾ ਸੋ ਇਹ ਜੋ ਪਹਿਲਾ ਕਮੈਂਟ ਆਪਾਂ ਨੂੰ ਆਇਆ ਸੀ ਉਹਦਾ ਜਵਾਬ ਦਿੱਤਾ ਗਿਆ ਜੇਕਰ ਫਿਰ ਵੀ ਕੋਈ ਤੁਹਾਨੂੰ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਨੰਬਰ 2 ਇਹਦੇ ਵਿੱਚ ਪੁੱਛਿਆ ਗਿਆ ਕਿ ਜਨਰਲ ਕੈਟਾਗਰੀ ਦੇ ਅਧੀਨ ਜੋ ਕੈਂਡੀਡੇਟਾਂ ਨੇ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਵੀ ਡੋਮਿਸਾਈਲ ਸਰਟੀਫਿਕੇਟ ਦੀ ਜ਼ਰੂਰਤ ਪਵੇਗੀ ਉਹਨਾਂ ਨੂੰ ਵੀ ਬਣਵਾਉਣਾ ਪਵੇਗਾ ਮਤਲਬ ਕਿ ਉਹਨਾਂ ਨੂੰ ਵੀ ਪੰਜਾਬ ਦਾ ਜੋ ਰਹਿਸ਼ੀ ਸਰਟੀਫਿਕੇਟ ਆ ਉਹ ਵੀ ਬਣਵਾਉਣਾ ਪਵੇਗਾ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਕੈਂਡੀਡੇਟ ਨੇ ਜਾਂ ਉਮੀਦਵਾਰਾਂ ਨੇ ਜਨਰਲ ਕੈਟਾਗਰੀ ਦੇ ਅਧੀਨ ਅਪਲਾਈ ਕੀਤਾ ਹੈ ਉਹਨਾਂ ਨੂੰ ਜੋ ਪੰਜਾਬ ਡੋਮਿਸਾਈਲ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈਗੀ ਪੰਜਾਬ ਜੋ ਡੋਮਿਸਾਈਲ ਸਰਟੀਫਿਕੇਟ ਹੈ ਉਹ ਸਿਰਫ ਉਹਨਾਂ ਨੂੰ ਜ਼ਰੂਰਤ ਹੈ ਜਿਹੜੇ ਕੈਂਡੀਡੇਟ ਨੇ ਕਿਸੇ ਕੈਟਾਗਰੀ ਦੇ ਅਧੀਨ ਅਪਲਾਈ ਕੀਤਾ। ਐਗਜ਼ਾਮਪਲ ਦੇ ਤੌਰ ਤੇ ਐਸਸੀ ਕੈਟਾਗਰੀ, ਬੀਸੀ ਕੈਟਾਗਰੀ ਠੀਕ ਹੈ ਜੀ। ਉਹ ਤੋਂ ਬਾਅਦ ਐਕ ਸਰਵਿਸਮੈਨ, ਡਿਪੈਂਡੈਂਟ, ਫ੍ਰੀडम फाइਟਰ ਜਾਂ ਸਪੋਰਟਸ ਕੈਟਾਗਰੀ ਜਿਹੜੀ ਵੀ ਅਜਿਹੀਆਂ ਕੈਟਾਗਰੀਆਂ ਨੇ ਅਧੀਨ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਨੂੰ ਜੋ ਪੰਜਾਬ ਦੇ ਡੋਮਿਸਾਈਲ ਸਰਟੀਫਿਕੇਟ ਆ ਮਤਲਬ ਪੰਜਾਬ ਦਾ ਰਹਿਸ਼ੇ ਸਰਟੀਫਿਕੇਟ ਉਹ ਕੰਪਲਸਰੀ ਆ ਉਹਨਾਂ ਦੇ ਕੋਲ ਜ਼ਰੂਰ ਹੋਣਾ ਚਾਹੀਦਾ। ਇਹਦੇ ਵਿੱਚ ਤੁਹਾਡਾ ਜੋ ਸਰਟੀਫਿਕੇਟ ਆ ਉਹ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ 1 1 2023 ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ ਤਾਂ ਜਿਹੜੇ ਕੈਂਡੀਡੇਟ ਦਾ ਜ਼ਿਆਦਾ ਪੁਰਾਣਾ ਸਰਟੀਫਿਕੇਟ ਆ ਤੋਂ ਉਹ ਆਪਣਾ ਦੁਬਾਰਾ ਅਪਲਾਈ ਕਰਕੇ ਉਹਨੂੰ ਮਤਲਬ ਜੋ ਆਪਣਾ ਤਿਆਰ ਕਰਵਾ ਸਕਦੇ ਨੇਗੇ ਸੋ ਇਸੇ ਤਰ੍ਹਾਂ ਜੋ ਅਗਲਾ ਸਵਾਲ ਸੀਗਾ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਅਦਰ ਸਟੇਟ ਦੇ ਜੋ ਕੈਂਡੀਡੇਟ ਨੇ ਵੀ ਉਹੋ ਰਿਜ਼ਰਵ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਅਪਲਾਈ ਕੀਤਾ ਵੀ ਉਹਨਾਂ ਨੂੰ ਮਿਲ ਜੂ ਇੱਥੇ ਬੜੀ ਕਲੀਅਰ ਗੱਲ ਹੈ ਕਿ ਆਦਰ ਸਟੇਟ ਦੇ ਜਿਹੜੇ ਵੀ ਕੈਂਡੀਡੇਟ ਨੇ ਉਹ ਸਿਰਫ ਜਨਰਲ ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦੇ ਸੀਗੇ ਜੇਕਰ ਫਿਰ ਵੀ ਕਿਸੇ ਨੇ ਕਿਸੇ ਰਿਜ਼ਰਵ ਕੈਟਾਗਰੀ ਦੇ ਵਿੱਚ ਅਪਲਾਈ ਕੀਤਾ ਹੈ ਤਾਂ ਉਹਦੇ ਕੋਲ ਇੱਥੇ ਜੋ ਕੰਪਲਸਰੀ ਕੰਡੀਸ਼ਨ ਹੈ ਤੁਹਾਨੂੰ ਉੱਪਰ ਵੀ ਦੱਸਿਆ ਗਿਆ ਹੈ ਵੀ ਜਿਨ੍ਹਾਂ ਨੇ ਵੀ ਕਿਸੇ ਰਿਜ਼ਰਵ ਕੈਟਾਗਰੀ ਦੇ ਅਨ ਅਪਲਾਈ ਕੀਤਾ ਹੈ ਉਹਨਾਂ ਦੇ ਕੋਲ ਉਹ ਸਿਰਫ ਉਹੀ ਕੈਂਡੀਡੇਟ ਕਰ ਸਕਦੇ ਸੀ ਜਿਹੜੇ ਪੰਜਾਬ ਦੇ ਵਿੱਚ ਰਹਿਸ਼ੀ ਨੇ ਮਤਲਬ ਪੰਜਾਬ ਦੇ ਵਿੱਚ ਰਹਿੰਦੇ ਨੇ ਜੇਕਰ ਕਿਸੇ ਬਾਹਰਲੀ ਸਟੇਟ ਦੇ ਜੋ ਕੈਂਡੀਡੇਟ ਆ ਕੋਈ ਉਹਨੇ ਅਪਲਾਈ ਕੀਤਾ ਤਾਂ ਉਹ ਸਿਰਫ ਜਨਰਲ categories ਦੇ ਅਧੀਨ ਹੀ ਅਪਲਾਈ ਕਰ ਸਕਦੇ ਸੀਗੇ ਤਾਂ ਜੇਕਰ ਕਿਸੇ ਦਾ ਐਦਾਂ ਕੋਈ ਅਪਲਾਈ ਹੋਇਆ ਤਾਂ ਉਹ ਤੁਹਾਡੇ ਜੀ ਸਰਟੀਫਿਕੇਟ ਚੈੱਕ ਕਰਨ ਦੇ ਲਈ ਤੁਹਾਨੂੰ ਬੁਲਾ ਵੀ ਲਿਆ ਤਾਂ ਬਾਅਦ ਦੇ ਵਿੱਚ ਤੁਹਾਡੇ ਉਹ ਰੱਦ ਹੋ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਵੇਂ ਕਈਆਂ ਦੇ ਡੇਟ ਆਫ ਬਰਥ ਦੇ ਸੰਬੰਧੀ ਆਰ.ਐਸ.ਬੀ ਸਾਡੇ ਕੋਲ ਡੇਟ ਆਫ ਬਰਥ ਦਾ ਸਰਟੀਫਿਕੇਟ ਨਹੀਂ ਹੈ ਤੇ ਫਿਰ ਸਾਡੀ ਡੇਟ ਆਫ ਬਰਥ ਕਿੱਦਾਂ ਚੈੱਕ ਕਰਨਗੇ ਤਾਂ ਉਹਦੇ ਵਿੱਚ ਤੁਹਾਡਾ ਜੋ 10ਥ ਦਾ ਸਰਟੀਫਿਕੇਟ ਹੈ ਉਹਦੇ ਉੱਪਰ ਵੀ ਤੁਹਾਡੀ ਡੇਟ ਆਫ ਬਰਥ ਹੁੰਦੀ ਹੈ ਤਾਂ ਉਥੋਂ ਤੁਹਾਡੀ ਜੋ ਡੇਟ ਆਫ ਬਰਥ ਆ ਉਹ ਚੈੱਕ ਕਰ ਲਈ ਜਾਂਦੀ ਹੈ ਤੁਹਾਡੇ ਸਾਰੇ ਡਾਕੂਮੈਂਟ ਲੈ ਜਾਂਦੇ ਨੇ ਸੋ ਇੱਕ ਸਾਰੇ ਕੈਂਡੀਡੇਟ ਨੂੰ ਇਹ ਅਪੀਲ ਹੈ ਕਿ ਜਿਨ੍ਹਾਂ ਨੂੰ ਵੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਉਹ ਆਪਣੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਜ਼ਰੂਰ ਜਾਣ ਡਾਕੂਮੈਂਟ ਵੈਰੀਫਿਕੇਸ਼ਨ ਲਈ ਜ਼ਰੂਰ ਜਾਵੋ ਤੁਹਾਡੇ ਡਾਕੂਮੈਂਟ ਜੋ ਉਹ ਪਾਸ ਹੁੰਦੇ ਨੇਗੇ ਸਾਰੇ ਸਹੀ ਨਿਕਲਦੇ ਨੇ ਤੁਹਾਨੂੰ ਜੁਆਇਨਿੰਗ ਲੈਟਰ ਉਸ ਤੋਂ ਬਾਅਦ ਆਉਣਾ ਹੈ ਕਿਉਂਕਿ ਉਹ ਤੁਹਾਡੇ ਜਦੋਂ ਤੁਸੀਂ ਉੱਥੇ ਵੈਰੀਫਾਈ ਕਰਾਉਂਗੇ ਉਸ ਤੋਂ ਬਾਅਦ ਉਹ ਡਿਸੀਜਨ ਹੁੰਦਾ ਹੈਗਾ ਉਹ ਇਹ ਨਹੀਂ ਹੈਗਾ ਵੀ ਮੇਰੇ ਕੋਲ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਸਰਟੀਫਿਕੇਟ ਤਾਂ ਤੁਸੀਂ ਜੇ ਜੋ ਵੀ ਤੁਹਾਡੇ ਕੋਲ ਸਰਟੀਫਿਕੇਟ ਤੁਹਾਡੇ ਕੋਲ ਹੈਗੇ ਨੇ ਜੋ ਤੁਹਾਨੂੰ ਅਪਲਾਈ ਕਰਨ ਦੇ ਸਮੇਂ ਪਤਾ ਲੱਗੇ ਸੀਗੇ ਪੋਟੂਜ਼ੀ ਆਪਣੇ ਨਾਲ ਲੈ ਕੇ ਜਰੂਰ ਜਾਣੇ ਨੇ Ориジナル ਸਰਟੀਫਿਕੇਟ ਤੁਹਾਡੇ ਸਾਰੇ ਹੀ ਨਾਲ ਹੋਣੇ ਚਾਹੀਦੇ ਨੇ ਕੋਈ ਵੀ ਤੁਹਾਡਾ ਘਰੇ ਨਹੀਂ ਹੋਣਾ ਚਾਹੀਦਾ ਤੁਹਾਡਾ ਆਈਡੀ ਪ੍ਰੂਫ ਆਧਾਰ ਕਾਰਡ ਹੋਵੇ ਲਾਇਸੈਂਸ ਹੋਵੇ ਜਾਂ ਕਿਸੇ ਵੀ ਤਰ੍ਹਾਂ ਤੁਹਾਡੇ ਕੋਲ ਆਈਡੀ ਪ੍ਰੂਫ ਨੇ ਉਹ ਨਾਲ ਹੋਣੇ ਚਾਹੀਦੇ ਨੇ ਤੁਹਾਡੇ ਸਾਰੇ ਉਹਨਾਂ ਦੀ ਵੀ ਫੋਟੋ ਕਾਪੀਆਂ ਹੋਣੇ ਚਾਹੀਦੇ ਨੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇਸੇ ਤਰ੍ਹਾਂ ਸਵਾਲ ਆਇਆ ਸੀ ਕਿ BC ਕੈਟਾਗਰੀ ਦੇ ਜੋ ਕੈਂਡੀਡੇਟ ਨੇ ਉਹਨਾਂ ਦੇ ਜੋ ਸਰਟੀਫਿਕੇਟ ਨੇ ਉਹਨਾਂ ਦਾ ਕੀ ਹੋਊਗਾ बीसी कैटेगरी ਦੇ تین ਜਿਹੜੇ ਕੈਂਡੀਡੇਟ ਨੇ ਅਪਲਾਈ ਕੀਤਾ ਹੈ ਉਹਨਾਂ ਦੇ ਵਿੱਚ ਤੁਹਾਡੇ ਜੋ ਸਰਟੀਫਿਕੇਟ Ориਜਨਲ ਹੈ ਬੀਸੀ ਕੈਟੇਗਰੀ ਦਾ ਜੋ ਕੈਂਡੀਡੇਟ ਹੈ ਉਸ ਨੂੰ ਜੋ ਪੰਜਾਬ ਦਾ ਡੋਮਿਸਾਈਲ ਸਰਟੀਫਿਕੇਟ ਆ ਉਸ ਨੂੰ ਵੀ ਲਿਜਾਣਾ ਪਵੇਗਾ ਉਸ ਦੇ ਲਈ ਵੀ ਕੰਪਲਸਰੀ ਹੈ ਜਿਵੇਂ ਕਿ ਤੁਹਾਨੂੰ ਉੱਪਰ ਵੀ ਦੱਸ ਦੱਸਿਆ ਗਿਆ ਇਹਦੇ ਬਾਰੇ ਤਾਂ ਤੁਹਾਨੂੰ ਜੋ ਸਰਟੀਫਿਕੇਟ ਇਹ ਨਾਲ ਇਹ ਕੰਪਲਸਰੀ ਆ ਤੁਹਾਡਾ ਸਰਟੀਫਿਕੇਟ ਹੋਣਾ ਜ਼ਰੂਰੀ ਆ ਕਿਉਂਕਿ ਰਿਜ਼ਰਵ ਕੈਟੇਗਰੀ ਦੇ تین ਸਿਰਫ ਪੰਜਾਬ ਦੇ ਹੀ ਜੋ ਉਮੀਦਵਾਰ ਨੇ ਮਤਲਬ ਕੈਂਡੀਡੇਟ ਨੇ ਸਿਰਫ ਉਹੋ ਅਪਲਾਈ ਕਰ ਸਕਦੇ ਸੀ ਅਗਲਾ ਜੋ ਸਵਾਲ ਸੀਗਾ ਕਿ ਜੋ ਸਾਡਾ ਫਰਸਟ ਪਾਰਟ ਸੀ ਪੇਪਰ ਦਾ ਉਹ ਪਾਸ ਹੋ ਗਿਆ ਜੀ ਸੈਕਿੰਡ ਦੇ ਵਿੱਚ ਸਾਡੇ ਇੰਨੇ ਨੰਬਰ ਆਏ ਨੇ ਘਾਟਾ ਆਏ ਨੇ ਤੇ ਫਰਸਟ ਦੇ ਵਿੱਚੋਂ ਵੱਧ ਆਏ ਨੇ ਦੇਖੋ ਤੁਹਾਨੂੰ ਜਿੱਦਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਤੁਹਾਡੀ ਜੋ ਮੈਰਿਟ ਮੈਟ੍ਰੀਸਟ ਬਣੀ ਹੈ ਉਸ ਦੇ ਵਿੱਚ ਕੁਆਲੀਫਾਈ ਔਰ ਨਾਟ ਕੁਆਲੀਫਾਈਡ ਲਿਖਿਆ ਹੋਇਆ ਹੈ ਜੇ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆ ਹੈ ਤਾਂ ਤੁਸੀਂ ਆਪਣੇ ਜੋ ਡਾਕੂਮੈਂਟ ਨੇ ਉਹ ਲੈ ਕੇ ਜਾਓ ਤੁਹਾਨੂੰ ਜੁਆਇਨਿੰਗ ਮਿਲਣੀ ਹੈ ਨਹੀਂ ਮਿਲਣੀ ਹੈ ਇਹਦਾ ਫੈਸਲਾ ਬਾਅਦ ਦੇ ਵਿੱਚ ਆਵੇਗਾ ਸੋ ਤੁਸੀਂ ਤੁਹਾਨੂੰ ਜਿਹੜਾ ਵੀ ਕੰਮ ਕਿਹਾ ਗਿਆ ਹੈ ਜੇ ਤੁਹਾਨੂੰ ਬੁਲਾਇਆ ਗਿਆ ਹੈ ਤਾਂ ਤੁਸੀਂ ਉਸ ਦੇ ਉੱਪਰ ਖਰੇ ਉਤਰਦੇ ਹੋਏ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ ਜਾਓ ਠੀਕ ਹੈ ਜੀ ਦੋਸਤੋ ਇਸ ਤੋਂ ਇਲਾਵਾ ਜੋ ਸਾਡਾ ਇਹ ਚੈਨਲ ਹੈ ਜੀਡੀਐਸ ਐਜੂਕੇਸ਼ਨ ਇਹਦਾ ਇੱਕ ਟੈਲੀਗ੍ਰam ਚੈਨਲ ਹੈ ਤੇ ਫੇਸਬੁੱਕ ਪੇਜ ਹੈ ਜਿੰਨਾ ਦੋਵਾਂ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਤੁਸੀਂ ਉਹਨਾਂ ਦੋਵਾਂ ਨੂੰ ਵੀ ਫੋਲੋ ਕਰ ਲਵੋ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਇਸ ਚੈਨਲ ਦੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਉਸ ਤੋਂ ਬਾਅਦ ਇੱਕ ਅਗਲਾ ਜੋ ਕਮੈਂਟ ਆਇਆ ਸੀ ਉਹਦੇ ਵਿੱਚ ਆ ਰਿਹਾ ਸੀ ਕਿ ਸਾਡੇ ਕੋਲ ਦੀ ਡਿਪਲੋਮੇ ਦੀ ਜੋ ਅਪਰੈਂਟਸ ਹੈ ਪਰ ਡਿਪਲੋਮਾ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜੋ ਐਲ ਐਮ ਦਾ ਉਹ ਸੀਗਾ ਵੈਕੈਂਸੀ ਸੀ ਇਹਦੇ ਵਿੱਚ ਡਿਪਲੋਮਾ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ ਇਹਦੇ ਵਿੱਚ ਡਿਪਲੋਮਾ ਤਾਂ ਉਹਨਾਂ ਨੇ ਮਤਲਬ ਰੱਖਿਆ ਨਹੀਂ ਹੈ ਇਹਦੇ ਵਿੱਚ ਸਿਰਫ ਆਈਟੀਆਈ ਕੈਂਡੀਡੇਟ ਹੀ ਮੰਗੇ ਸੀਗੇ ਇਹਦੇ ਵਿੱਚ ਤੁਹਾਡੇ ਜੋ ਅਪਰੈਂਟਸ ਦਾ ਉਹ ਵੀ ਆਈਟੀਆਈ ਦੀ ਹੋਣੀ ਚਾਹੀਦੀ ਸੀ ਇਹ ਸਾਰੀਆਂ ਜੋ ਗੱਲਾਂ ਨੇ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ ਸੋ ਬਹੁਤ ਸਾਰੇ ਕੈਂਡੀਡੇਟ ਦਾ ਮਤਲਬ ਬਹੁਤ ਸਾਰੇ ਜੋ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਦੋਸਤਾਂ ਦਾ ਇਹ ਸਵਾਲ ਵੀ ਆ ਰਿਹਾ ਕਿ ਸਰ ਸਾਡੀ ਜੋ ਮਤਲਬ ਆਈਟੀਆਈ ਆ ਉਹ ਜੀ ਹੁਣ ਪਾਸ ਹੋਈ ਆ ਠੀਕ ਹੈ ਜੀ ਜਾਂ ਸਾਡੀ ਜੋ ਅਪਰੈਂਟਸ ਆ ਉਹ ਹੋਣ ਖਤਮ ਹੋਈ ਆ ਸੋ ਇਹਦੇ ਵਿੱਚ ਜੋ ਤੁਸੀਂ ਤੁਹਾਡੀ ਜੋ ਅਪਰੈਂਟਸ ਜੇ ਬਾਅਦ ਦੇ ਵਿੱਚ ਖਤਮ ਹੋਈ ਆ ਤਾਂ ਜੇ ਤੁਹਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆ ਹੈ ਤਾਂ ਇਹਦੇ ਬਾਰੇ ਜੋ ਵੀ ਡਿਸੀਜਨ ਹੋਊਗਾ ਇਹ ਤੁਹਾਡੀ ਜੋ ਬਾਅਦ ਦੇ ਵਿੱਚ ਜੋ ਵਿਭਾਗ ਦੇ ਦੁਆਰਾ ਲਿਆ ਜਾਣਾ ਹੈ ਵੀ ਤੁਹਾਨੂੰ ਉਹਦੇ ਸੰਬੰਧੀ ਮਤਲਬ ਉਹ ਤੁਹਾਨੂੰ ਛੋਟ ਦਿੰਦੇ ਨੇ ਵੀ ਤੁਹਾਡੀ ਹਾਂ ਠੀਕ ਹੈ ਵੀ ਤੁਹਾਡੀ ਜੇ ਹੁਣ ਤੱਕ ਕੰਪਲੀਟ ਹੋ ਗਈ ਤਾਂ ਇਹ ਸਾਰਾ ਬਾਅਦ ਦੇ ਵਿੱਚ ਹੋਣਾ ਹੈ ਤਾਂ ਤੁਸੀਂ ਆਪਣੇ ਡਾਕੂਮੈਂਟ ਜਰੂਰ ਚੈੱਕ ਕਰਵਾਉਣ ਜਾਓ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਮਤਲਬ ਆਦਰ ਸਟੇਟ ਦੇ ਪੁੱਛ ਰਹੇ ਸੀ ਵੀ ਸਾਡਾ ਨਾਮ ਗਲਤ ਨਾਮ ਗਲਤ ਹੋ ਗਿਆ ਹੈ ਜਾਂ ਸਾਡਾ ਕੋਈ ਐਡਰੈਸ ਗਲਤ ਪੈ ਗਿਆ ਹੈ ਐਡਰੈਸ ਦਾ ਐਡਰੈਸ ਦੇ ਵਿੱਚ ਵੀ ਤੁਸੀਂ ਉੱਥੇ ਤੁਹਾਡੇ ਜਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਾਓਗੇ ਉੱਥੇ ਤੁਸੀਂ ਦੱਸ ਸਕਦੇ ਹੋ ਵੀ ਸਾਤੋਂ ਐਡਰੈਸ ਦੇ ਵਿੱਚ ਇਹ ਹੋ ਗਿਆ ਸੀਗਾ ਤਾਂ ਉਹ ਉਹਦਾ ਦੇ ਹੋ ਜਾਊਗਾ ਸੋ ਦੋਸਤੋ ਜੇਕਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਚੈਨਲ ਨੂੰ ਲਾਲ ਰੰਗ ਦਾ ਬਟਨ ਦਬਕ ਕੇ ਕਰ ਲਵੋ ਸਬਸਕ੍ਰਾਈਬ ਅਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਤੁਹਾਨੂੰ ਚੈਨਲ ਦੇ ਉੱਪਰ ਆਉਣ ਵਾਲੀਆਂ ਜੋ ਵੀ ਲੇਟੈਸਟ ਵੀਡੀਓਜ਼ ਹੋਣਗੀਆਂ ਉਹਨਾਂ ਸਾਰਿਆਂ ਦਾ ਨੋਟੀਫਿਕੇਸ਼ਨ ਮਿਲ ਸਕੇ ਸਭ ਤੋਂ ਪਹਿਲਾਂ ਇਸ ਤੋਂ ਇਲਾਵਾ ਜੋ ਸਾਡੀਆਂ ਏ ਲੈਮ ਦੇ ਰਿਲੇਟਿਡ ਪਿਛਲੀਆਂ ਵੀਡੀਓ ਨੇ ਉਹਨਾਂ ਨੂੰ ਵੀ ਜ਼ਰੂਰ ਦੇਖੋ ਤਾਂ ਕਿ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਉਣ ਤੋਂ ਪਹਿਲਾਂ ਉਹ ਸਾਰਾ ਤੁਹਾਨੂੰ ਪਤਾ ਲੱਗ ਜਾਵੇ ਜੋ ਡਾਕੂਮੈਂਟ ਵੈਰੀਫਾਈ ਕਰਾਉਣ ਦੇ ਲਈ ਤੁਹਾਨੂੰ ਅਲੱਗ-ਅਲੱਗ ਜਗ੍ਹਾ ਦੇ ਉੱਪਰ ਬੁਲਾਇਆ ਗਿਆ ਹੈ ਲੁਧਿਆਣਾ ਪਟਿਆਲਾ ਇਸ ਤਰ੍ਹਾਂ ਅਲੱਗ-ਅਲੱਗ ਜ਼ੋਨਸ ਦੇ ਵਿੱਚ ਬੁਲਾਇਆ ਗਿਆ ਹੈ ਸੋ ਸਾਰਿਆਂ ਨੇ ਉੱਥੇ ਸਮੇਂ ਸਿਰ ਪਹੁੰਚਣਾ ਕੋਈ ਵੀ ਕੈਂਡੀਡੇਟ ਲੇਟ ਨਾ ਹੋਵੇ ਕਿਉਂਕਿ ਜੇਕਰ ਲੇਟ ਹੋਇਆ ਉਹਨਾਂ ਨੇ ਲਿਖਿਆ ਹੋਇਆ ਤਾਂ ਫਿਰ ਉਸ ਨੂੰ ਕਈ ਵਾਰ ਉੱਥੇ ਐਂਟਰੀ ਨਹੀਂ ਮਿਲਦੀ ਇੱਕ ਹੋਰ ਇੰਪੋਰਟੈਂਟ ਗੱਲ ਇਹ ਤੁਸੀਂ ਸਾਰਿਆਂ ਨੇ ਆਪਣੀਆਂ ਜੋ ਪਾਸਪੋਰਟ ਸਾਈਜ਼ ਫੋਟੋਆਂ ਨੇ ਲੇਟੈਸਟ ਉਹ ਜ਼ਰੂਰ ਲੈ ਕੇ ਜਾਣੀਆਂ ਨੇ ਕਲਰਡ ਫੋਟੋਆਂ ਲੈ ਕੇ ਜਾਇਓ ਉਹਦਾ ਜੋ ਬੈਕਗ੍ਰਾਉਂਡ ਆ ਵਾਈਟ ਜ਼ਰੂਰ ਰੱਖਿਓ ਤਾਂ ਜੋ ਤੁਹਾਨੂੰ ਬਾਅਦ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਜਿਹੜੀਆਂ ਫੋਟੋਆਂ ਤੁਸੀਂ ਹੁਣ ਨਾਲ ਲਾ ਕੇ ਉੱਥੇ ਦੇ ਦੇਵੋਗੇ ਇਹੀ ਫੋਟੋਆਂ ਤੁਹਾਡੀਆਂ ਅੱਗੇ ਚੱਲਣੀਆਂ ਨੇਗੀਆਂ ਠੀਕ ਹੈ ਜੀ ਸੋ ਸਾਰੇ ਦੋਸਤਾਂ ਦਾ ਇਸ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੇਕਰ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀਏ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਜੋ ਜਾਣਕਾਰੀ ਭਰਪੂਰ ਵੀਡੀਓ ਨੇ ਹੋਰ ਅਸੀਂ ਇਸੇ ਚੈਨਲ ਦੇ ਉੱਪਰ ਲੈ ਕੇ ਆਉਂਦੇ ਰਹੀਏ ਸੋ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ